ਐਂ ਤਾਂ ਬਹੁਤ ਸੁਲਤਾਨਪੁਰ ਲੋਧੀ ਤੁਸੀਂ ਸਵਰਗ ਲੁੱਟੇ ਵਾਕਈ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਬਖਸ਼ਿਸ਼ਾਂ ਵਰਤੀਆਂ ਪਰ ਨਾਲ ਅਰਦਾਸ ਕਰਿਓ ਹੇ ਗੁਰੂ ਨਾਨਕ ਜੀ ਤੁਸੀਂ ਤਾਂ ਕਿਰਪਾ ਕਰ ਦਿੱਤੀ ਹੁਣ ਸਾਡੇ ਉੱਤੇ ਇਹ ਵੀ ਅੰਦਰੋਂ ਕਿਰਪਾ ਕਰੋ ਅਸੀਂ ਉਪਦੇਸ਼ ਕਮਾਈਏ ਕੱਲੇ ਅਸੀਂ ਉੱਥੋਂ ਵੇਖ ਕੇ ਨਾ ਆ ਜਾਈਏ ਸਾਡੇ 500 ਸਾਲਾਂ ਬਣਾਏ ਮਨ ਚ ਕੋਈ ਗੁਰੂ ਨਾਨਕ ਦਾ ਇੱਕ ਉਪਦੇਸ਼ ਲੈ ਕੇ ਆਓ ਸਾਡੇ ਅੰਦਰ ਦਇਆ ਸੰਤੋਖ ਜਤ ਤੇ ਸਤ ਆਵੇ ਗੁਆਂਢੀ ਦਾ ਦੁੱਖ ਵੇਖ ਕੇ ਤੁਹਾਡੇ ਦਿਲ ਚ ਦਇਆ ਆਉਣੀ ਚਾਹੀਦੀ ਹੈ ਜੋ ਰੱਬ ਨੇ ਦਿੱਤਾ ਉਹ ਸਬਰ ਸੰਤੋਖ ਹੋਣਾ ਚਾਹੀਦਾ ਇੱਕ ਬੇਨਤੀ ਹੈ ਤੁਹਾਨੂੰ ਆਪਣੇ ਮਨ ਚ ਸਬਰ ਰੱਖੋ ਗੁਆਂਢੀ ਦਾ ਕੋਈ ਕਾਮਯਾਬੀ ਵੇਖ ਕੇ ਕਦੇ ਨਾ ਸੜੋ ਜੈਲਸੀ ਨਾ ਕਰੋ ਤੁਹਾਨੂੰ ਆਪੇ ਰੱਬ ਨੇ ਬਖਸ਼ਿਸ਼ਾਂ ਕਰ ਦੇਣੀ ਸਾਧ ਸੰਗਤ ਅੱਗੇ ਬੰਦੇ ਨਾ ਗੁਆਂਢੀਆਂ ਦਾ ਜਦੋਂ ਕਿਤੇ ਫਸਲ ਇੱਕ ਕੱਢਣੀ ਜਾਣ ਕੇ ਗੁਆਂਢੀਆਂ ਦਾ ਬੰਨਾ ਤਵੀਆਂ ਨਾਲ ਵੱਢ ਲੈਣ ਥੋੜ੍ਹੀ ਥੋੜ੍ਹੀ ਧੁੱਪ ਤੱਕ ਰਲਾ ਲੈਣੀ ਫਿਰ ਰੌਲੇ ਪੈਣੇ ਪਟਵਾਰੀ ਸੱਦਣੇ ਫਿਰ ਮਨਾਈ ਹੋਣੀ ਤਾਂ ਹੁਣ ਲੋਕ ਡਾਢੇ ਹੋ ਗਏ ਹਰ ਇੱਕ ਘਰ ਦਾ ਇੱਕ ਇੱਕ ਬੱਚਾ ਬਾਹਰ ਹੈ ਕਾਨੂੰਨ ਸਭ ਨੂੰ ਪਤਾ ਹੈ ਉਹ ਕਹਿੰਦਾ ਜ਼ਮੀਨ ਵੱਢ ਕੇ ਵੇਖ ਕੱਲ੍ਹ ਨੂੰ ਤੇਰੇ 'ਤੇ ਕੇਸ ਖਾਸਾ ਨਾ ਕਰਤਾ ਸਾਧ ਸੰਗਤ ਹੁਣ ਲੋਕ ਗੁਆਂਢੀਆਂ ਦੀ ਜ਼ਮੀਨ ਵੱਢਣੋਂ ਹਟ ਗਏ ਨਵੀਂ ਬਿਮਾਰੀ ਫੈਲੀ ਹੈ ਉਹ ਇਹ ਹੈ ਵੀ ਗੁਆਂਢੀਆਂ ਨੇ ਤਾਂ ਕੇਸ ਕਰ ਦੇਣਾ ਸੜਕ ਦੀ ਵੱਢ ਲਓ ਸੜਕ ਦੇ ਨਾਲ ਜਿਹਦੀ ਜ਼ਮੀਨ ਉਹ ਸੜਕ ਵੱਢ ਲੈਣਾ ਅਤੇ ਜੇ ਕੋਈ ਸਰਪੰਚ ਕਵੇ ਪਿੰਡ ਦਾ ਭਾਈ ਆ ਸੜਕ ਵਾਲੀ ਜਗ੍ਹਾ ਨਾ ਵੱਢੋ ਲੋਕਾਂ ਦੀਆਂ ਟਰੈਕਟਰਾਂ ਟਰਾਲੀਆਂ ਕੋਈ ਮੋਟਰਸਾਈਕਲ ਗੱਡੀ ਲੰਘਣੀ ਹੈ ਅੱਗੋਂ ਫਿਰ ਉਹ ਕਹਿੰਦਾ 13 ਵੋਟਾਂ ਹੈ ਤੈਨੂੰ ਪਾਈਆਂ ਫਿਰ ਦੇਖ ਲਾ ਉਹ ਚੁੱਪ ਕਰ ਜਾਂਦੇ ਆ ਦੂਜੇ ਹੋਰ ਵੱਢਣ ਲੱਗ ਪੈਂਦੇ ਤੁਹਾਨੂੰ ਬੇਨਤੀ ਹੈ ਜਿਨ੍ਹਾਂ ਦੀ ਜ਼ਮੀਨ ਸੜਕ ਨਾਲ ਲੱਗਦੀ ਹੈ ਇਮਾਨਦਾਰੀ ਨਾਲ ਐਤਕੀ ਛੱਡ ਦਿਓ ਕਣਕ ਬੀਜਣ ਲੱਗਿਆਂ ਜ਼ਮੀਨ ਨਾ ਵੱਢਿਓ ਸੜਕ ਦੀ ਬਾਬੇ ਨਾਨਕ ਦੇ ਭਰੋਸਾ ਰੱਖ ਕੇ ਬੀਜ ਕੇ ਵੇਖਿਓ ਬਰਕਤਾਂ ਦੇਖੋ ਕਿੰਨੀਆਂ ਪੈਂਦੀਆਂ ਸੜਕ ਨਾ ਵੱਢਿਓ ਸੜਕ ਦੀ ਸੜਕ ਜਿਹੜੀ ਜ਼ਮੀਨ ਉਹ ਬਿਲਕੁਲ ਨਾ ਵੱਢਿਓ ਵਿਸ਼ਵਾਸ ਰੱਖਿਓ ਗੁਰੂ ਤੇ ਸਾਧ ਸੰਗਤ ਫਿਰ ਗੁਰੂ ਦੀਆਂ ਬਰਕਤਾਂ ਵੇਖੋ ਕੈਸੀਆਂ ਪੈਂਦੀਆਂ ਇੱਕ ਛੋਟੀ ਜਿਹੀ ਗੱਲ ਸਮਾਂ ਸਮਾਪਤ ਹੋਣ ਵਾਲਾ 5-7 ਮਿੰਟ ਨੇ ਕਿਸੇ ਫਕੀਰ ਦੇ ਕੋਲ ਨਾ ਸੇਠ ਚਲਾ ਗਿਆ ਉਹਨੇ ਕਿਹਾ ਜੀ ਕੋਈ ਉਪਦੇਸ਼ ਦਿਓ ਬਰਕਤ ਨਹੀਂ ਪੈਂਦੀ ਦੁਕਾਨ ਨਹੀਂ ਚੱਲਦੀ ਕਾਰੋਬਾਰ ਨਹੀਂ ਚੱਲਦਾ ਕੋਈ ਉਪਦੇਸ਼ ਦਿਓ ਸਾਧੂ ਨੇ ਸਿਰ ਨਹੀਂ ਚੁੱਕਿਆ ਅੱਖਾਂ ਬੰਦ ਤਾਂ ਫਕੀਰ ਨੇ ਇੱਕ ਗੱਲ ਕਹੀ ਉਹ ਸੇਠ ਨੂੰ ਕਹਿੰਦਾ ਘੱਟ ਤੋਲਣਾ ਬੰਦ ਕਰ ਦੇ ਬੇਈਮਾਨੀ ਨਾ ਕਰ ਘੱਟ ਤੋਲਣਾ ਬੰਦ ਕਰ ਦੇ ਉਹ ਤੋਂ ਬਾਅਦ ਸਾਧੂ ਚੁੱਪ ਕਰ ਗਿਆ ਉਹ ਸੇਠ ਨੇ ਕਿਹਾ ਅੱਛਾ ਇਹਨੂੰ ਕਿੱਦਾਂ ਪਤਾ ਲੱਗ ਗਿਆ ਮੈਂ ਘੱਟ ਤੋਲਣਾ ਮਨ ਨੇ ਕਿਹਾ ਉਪਦੇਸ਼ ਮੰਨ ਲਾ ਭਾਈ ਉਹ ਵਾਪਸ ਦੁਕਾਨ ਤੇ ਆਏ ਉਹਨੇ ਘੱਟ ਤੋਲਣਾ ਬੰਦ ਕਰਤਾ ਬੇਈਮਾਨੀ ਛੱਡ ਦਿੱਤੀ ਤੇ ਫਿਰ ਉਹਨੇ ਜਿਹੜਾ ਗ੍ਰਾਹਕ ਆਉਣਾ ਜਦੋਂ ਬੇਈਮਾਨੀ ਨਹੀਂ ਕਰਨੀ ਫਿਰ ਤੱਕੜੀ ਕਾਹਲੇ ਫੜਨੀ ਤਾਂ ਉਹਨੇ ਫਿਰ ਕਹਿ ਦੇਣਾ ਆਪੇ ਪਾ ਲਓ ਭਾਈ ਸਾਹਿਬ ਆ ਤੋਲ ਲਾ ਵੀ ਕਿੰਨਾ ਲੈਣਾ 2 ਕਿਲੋ ਤੋਲ ਲਾ ਪਈ ਪੈਸੇ ਦੇ ਜਾ ਉਹ ਕਈਆਂ ਨੇ ਵੱਧ ਵੀ ਤੋਲ ਕੇ ਲੈ ਜਾਣਾ 100-200 ਗ੍ਰਾਮ ਉਹਨੇ ਕਹਿਣਾ ਨਹੀਂ ਉਹਦੀ ਉਪਮਾ ਵਡਿਆਈ ਹੋਣ ਲੱਗ ਪਈ ਫਨ ਫਲਾਨਾ ਦੁਕਾਨਦਾਰ ਸੌਦਾ ਲੈਣ ਜਾਓ ਉਹ ਕਹਿੰਦਾ ਆਪੇ ਤੋਲ ਲਾ ਕਿੰਨਾ ਲੈਣਾ 4 ਕਿਲੋ ਪਾ ਲਾ ਇੱਥੋਂ ਆਪੇ ਬਰਕਤਾਂ ਪੈਣ ਲੱਗ ਪਈਆਂ ਦੁਕਾਨ ਚੱਲ ਗਈ ਉਹਦਾ ਕਾਰੋਬਾਰ ਵੱਧ ਗਿਆ ਬਰਕਤ ਪੈ ਗਈ ਜਦੋਂ ਬਰਕਤ ਇੰਨੀ ਪੈ ਗਈ ਦੁਕਾਨ ਹੱਟ ਕਾਰੋਬਾਰ ਵਧੀਆ ਘਰ ਬਣ ਗਿਆ ਇੰਨਾ ਅਮੀਰ ਹੋ ਗਿਆ ਕਹਿੰਦੇ ਉਹਨੇ ਤੋਲਣ ਵਾਲੇ ਬੱਟੇ ਵੀ ਸੋਨੇ ਦੇ ਬਣਾ ਰੌਲਾ ਪੈ ਗਿਆ ਪੂਰੇ ਇਲਾਕੇ 'ਚ ਫਲਾਨਾ ਸੇਠ ਹੈ ਵੀ ਉਹਦੇ ਤਾਂ ਬੱਟੇ ਵੀ ਸੋਨੇ ਦੇ ਇੱਕ ਦਿਨ ਮਨ 'ਚ ਆਇਆ ਉਹ ਫਕੀਰ ਕੋਲ ਜਾਣਾ ਚਾਹੀਦਾ ਜਿਹਦੇ ਇੱਕ ਬੋਲ ਇੱਕ ਉਪਦੇਸ਼ ਨੇ ਉਹ ਮੈਨੂੰ ਇੰਨਾ ਅਮੀਰ ਕਰਤਾ ਇੱਕੋ ਹੀ ਬਚਨ ਚਲਾ ਗਿਆ ਜਾ ਕੇ ਕਹਿੰਦਾ ਫਕੀਰ ਕਹਿੰਦਾ ਮਹਾਰਾਜ ਆਹ ਹੁਣ ਤੁਹਾਡੀ ਇੱਕ ਬਚਨ ਨਾਲ ਬਰਕਤ ਪੈ ਗਈ ਇੰਨਾ ਅਮੀਰ ਹੋ ਗਿਆ ਬੱਟੇ ਵੀ ਸੋਨੇ ਦੇ ਬਣ ਗਏ ਮੇਰੇ ਤੁਹਾਡਾ ਇੱਕੋ ਹੀ ਬਚਨ ਕਮਾਇਆ ਮੈਂ ਅਮੀਰ ਹੋ ਗਿਆ ਉਹ ਫਕੀਰ ਨੇ ਮੂੰਹ ਚੁੱਕ ਕੇ ਨਹੀਂ ਉਹਦੇ ਵੱਲ ਵੇਖਿਆ ਤੇ ਫਕੀਰ ਨੇ ਕਿਹਾ ਕਹਿੰਦੇ ਅੱਛਾ ਹੁਣ ਕੀ ਚਾਹੁੰਦਾ ਹੈ ਕਹਿੰਦਾ ਜੀ ਕੋਈ ਹੋਰ ਉਪਦੇਸ਼ ਦਿਓ ਫਕੀਰ ਬੋਲਿਆ ਕਹਿੰਦਾ ਜਿਹੜੇ ਸੋਨੇ ਦੇ ਬੱਟੇ ਚੁੱਕੀ ਫਿਰਨਾ ਜਾਂ ਨਦੀ ਸੁੱਟ ਦੇ ਚੁੱਪ ਕਰ ਗਿਆ ਹੁਣ ਮਨ ਚ ਸੋਚਦਾ ਨਦੀ ਚ ਸੁੱਟਦਾ ਅੰਦਰੋਂ ਦਾ ਦੂਜਾ ਮਨ ਬੋਲਿਆ ਰੱਬ ਵਾਲਾ ਕਹਿੰਦਾ ਇਹ ਸਾਧੂ ਦੇ ਬਚਨਾਂ ਕਰਕੇ ਤਾਂ ਅਮੀਰ ਹੋਇਆ ਇਹ ਵੀ ਬਚਨ ਮੰਨਣਾ ਚਾਹੀਦਾ ਨਦੀ ਵਿੱਚ ਸੁੱਟ ਦੇਣੇ ਨੇ ਬੱਟੇ ਦੋ ਮਨ ਨੇ ਇੱਕ ਸਾਧ ਸੰਗਤ ਜਿਹਨੂੰ ਮੰਤੂ ਜੋਤ ਸਰੂਪ ਹੈ ਜਦੋਂ ਮਾੜਾ ਕਰਮ ਕਰਨ ਉਹ ਬੋਲਦਾ ਅੰਦਰੋਂ ਵੀ ਨਾ ਕਰ ਫਿਰ ਆਪਣਾ ਮਨ ਕਹਿੰਦਾ ਤਾਂ ਕਿ ਬਾਕੀ ਵੀ ਕਰਦੇ ਕਰ ਲਾ ਬਈ ਫਿਰ ਲੇਖਾ ਦੇ ਇੱਕ ਮਨ ਮੰਤੂ ਜੋਤ ਸਰੂਪ ਬੋਲਦਾ ਉਹ ਅੰਦਰੋਂ ਬੋਲਿਆ ਕਹਿੰਦਾ ਸਾਧੂ ਦਾ ਵਚਨ ਕਮਾਉਣਾ ਚਾਹੀਦਾ ਬੱਟੇ ਲੈ ਗਿਆ ਜਾ ਕੇ ਨਦੀ ਵਿੱਚ ਸੁੱਟ ਤੇ ਸੋਨੇ ਦੇ ਬੱਟੇ ਦੋ ਤਿੰਨ ਦਿਨ ਗੁਜ਼ਰੇ
ਉਹਦੇ ਕੋਲ ਜਿਹੜੇ ਨਦੀ ਤੋਂ ਪਾਰ ਬੰਦੇ ਆਉਂਦੇ ਸੀ ਨਾ ਛੋਟੀਆਂ ਦੁਕਾਨਾਂ ਵਾਲੇ ਮਾਲ ਲੈਣ, ਉਹ ਆਏ ਜਦੋਂ ਬੇੜੀਓ ਉੱਤਰ ਕੇ ਉਹਨੇ ਪਾਣੀ 'ਚ ਪੈਰ ਰੱਖਿਆ, ਇੱਕ ਦੇ ਪੈਰ 'ਚ ਖੁਬਿਆ, ਉਹਨੇ ਦੇਖਿਆ ਕੀ ਹੈ, ਹੈਰਾਨ ਹੋ ਗਿਆ, ਸੋਨੇ ਦਾ ਬੱਟਾ। ਤਾਂ ਉਹ ਬੰਦਾ ਨਾਲ ਦਿਆਂ ਨੂੰ ਕਹਿੰਦਾ ਸੋਨੇ ਦਾ ਬੱਟਾ, ਇੱਕ ਦੋ ਤਿੰਨ ਬੱਟੇ ਲੱਭ ਗਏ। ਤੇ ਉਹ ਕਹਿੰਦੇ ਵੀ ਇਹ ਤਾਂ ਫਲਾਨੇ ਸੇਠ ਕੋਲ ਹੈ, ਹੋਰ ਤਾਂ ਕਿਸੇ ਕੋਲ ਸੋਨੇ ਦੇ ਬੱਟੇ ਨਹੀਂ ਹੈ। ਉਹ ਬੰਦਿਆਂ ਨੇ ਕਿਹਾ ਮੋੜਨੇ ਚਾਹੀਦੇ, ਤੇ ਸਾਧ ਸੰਗਤ ਤੋਂ ਲੈ ਲਿਆ ਕੇ ਉਸੇ ਸੇਠ ਨੂੰ ਕਹਿੰਦੇ, ਸੇਠ ਜੀ ਆਹ ਤੁਹਾਡੇ ਬੱਟੇ ਨਦੀ ਚੋਂ ਲੱਭੇ, ਪਤਾ ਨੀ ਕੋਈ ਚੋਰੀ ਕਰਕੇ ਸੁੱਟ ਗਿਆ, ਉੱਥੇ ਪਤਾ ਨੀ ਕਿਵੇਂ ਚਲੇ ਗਏ, ਆ ਲਓ ਤੁਹਾਡੇ ਸੋਨੇ ਦੇ ਬੱਟੇ। ਬੜਾ ਹੈਰਾਨ ਹੋ ਗਿਆ, ਮੇਰੇ ਤੱਕ ਫਿਰ ਆ ਗਏ, ਉਹ ਸੋਨੇ ਦੇ ਬੱਟੇ ਲਏ। ਉਹਨਾਂ ਨੂੰ ਕਹਿੰਦਾ ਦੋ ਮਿੰਟ ਰੁਕੋ, ਸਿੱਧਾ ਹੀ ਭੱਜ ਕੇ ਸੋਨੇ ਦੇ ਬੱਟੇ ਲੈ ਕੇ ਸਾਧੂ ਕੋਲ ਗਿਆ। ਜਾ ਕੇ ਸਾਧੂ ਨੂੰ ਕਹਿੰਦਾ, ਸਾਧੂ ਮਹਾਰਾਜ ਇਮਾਨਦਾਰੀ ਨਾਲ ਕਹਿੰਦਾ, ਤੁਹਾਡਾ ਵਚਨ ਮੰਨ ਕੇ ਸੁੱਟ ਦਿੱਤੇ ਸੀ ਬੱਟੇ, ਮੈਂ ਨਦੀ 'ਚ ਸੁੱਟ ਦਿੱਤੇ, ਪਰ ਬੰਦਿਆਂ ਨੂੰ ਲੱਭ ਗਏ ਫਿਰ ਮੈਨੂੰ ਦੇ ਗਏ। ਮੈਂ ਇਮਾਨਦਾਰੀ ਨਾਲ ਕਹਿੰਦਾ ਇਹ ਬੱਟੇ ਮੈਂ ਨਦੀ 'ਚ ਸੁੱਟ ਕੇ ਆਇਆ, ਇਹ ਮੇਰੇ ਤੱਕ ਫਿਰ ਉਹਨਾਂ ਬੰਦਿਆਂ ਪਹੁੰਚਾਤੇ, ਹੁਣ ਦੱਸੋ ਕੀ ਕਰਨਾ। ਉਹ ਫਕੀਰ ਹੱਸ ਕੇ ਬੋਲਿਆ, ਕਹਿੰਦਾ ਬਸ ਕਰਨਾ ਕੀ ਹੈ, ਇੰਨੀ ਗੱਲ ਹੁਣ ਯਾਦ ਰੱਖੀ, ਉਹ ਸੱਜਣਾ ਹੱਕ ਤੇ ਹਲਾਲ ਦੀ ਕਮਾਈ ਹੋਵੇ ਕਿਤੇ ਨਹੀਂ ਜਾਂਦੀ, ਗੁਆਚੀ ਵੀ ਮੁੜ ਕੇ ਆ ਜਾਂਦੀ। ਹੱਕ ਤੇ ਹਲਾਲ ਦੀ ਹੋਵੇ ਕਿਤੇ ਨਹੀਂ ਜਾਂਦੀ, ਉਹ ਗੁਆਚੀ ਵੀ ਮੁੜ ਕੇ ਆ ਜਾਂਦੀ ਹੈ। ਏਦਾਂ ਯਾਦ ਰੱਖਿਓ, ਹੱਕ ਤੇ ਹਲਾਲ ਦੀ ਕਮਾਈ ਕਰੋ, ਥੋੜਾ ਬੀਜਿਆ ਵੀ ਤੁਹਾਡੇ ਘਰ ਭੰਡਾਰ ਭਰ ਜਾਣਗੇ। ਇਸ ਲਈ ਸੜਕਾਂ ਨਹੀਂ ਵੱਢਣੀਆਂ, ਇਹ ਗੱਲ ਪੱਕੀ ਰੱਖਣੀ। ਦੂਜੀ ਘਰ 'ਚ ਬਾਣੀ ਪੜ੍ਹੋ, ਪੜ੍ਹ ਲਓਗੇ ਭਾਈ, ਜਪਜੀ ਸਾਹਿਬ ਦਾ ਜਾਪ ਸਾਰਿਆਂ ਨੇ ਰੋਜ਼ ਕਰਨਾ ਹੈ, ਪੱਕਾ ਕਰ ਲਓ, ਹੱਥ ਖੜੇ ਕਰਕੇ ਜਕਾਰਾ ਛੱਡ, ਜਪਜੀ ਸਾਹਿਬ ਸ਼ਾਬਾਸ਼, ਬਸ ਜਿੱਤ ਲਿਆ ਮੋਰਚਾ, ਤੁਸੀਂ ਛੱਡ ਦਿਓ ਜਕਾਰ। ਇਹ ਬਾਣੀ ਦਾ ਤੁਹਾਨੂੰ ਹੀ ਲਾਭ ਹੋਣਾ, ਏਦਾਂ ਨਾ ਕਿ ਉਹ ਭਾਈ ਸਾਹਿਬ ਨੇ ਸਵਾ ਘੰਟਾ ਕਥਾ ਸੁਣਾਈ, ਬਾਅਦ 'ਚ ਫਸਾ ਲਿਆ ਸਾਨੂੰ ਵੀ ਜਪਜੀ ਸਾਹਿਬ ਕਰੋ, ਇਹੀ ਤੁਹਾਡੀ ਭੇਟਾ ਆ, ਇਹਦਾ ਤੁਹਾਨੂੰ ਲਾਭ ਹੋਣਾ, ਇਹਦਾ ਮੈਨੂੰ ਨਹੀਂ ਤੁਹਾਨੂੰ ਫਾਇਦਾ ਹੋਣਾ। ਜਿਹੜੇ ਘਰ 'ਚ ਬਾਣੀ ਹੈ ਉੱਥੇ ਸਿੱਖੀ ਵਧਣੀ ਵਧਣੀ ਹੈ। ਮੇਰੇ ਲਈ ਵੀ ਅਰਦਾਸ ਕਰਿਓ, ਇਕੱਲੇ ਸਤਿਗੁਰੂ ਅਖਵਾਉਣ ਤੱਕ ਹੀ ਨਾ ਸਾਨੂੰ ਰੱਖਣ, ਅਰਦਾਸ ਕਰਿਓ ਤੁਹਾਡੀ ਚਰਨ ਧੂੜ ਨਾਲ ਅਸੀਂ ਕਮਾ ਵੀ ਸਕੀਏ, ਤਾਂ ਜੋ ਸਾਡਾ ਵੀ ਜੀਵਨ ਜਨਮ ਸਫਲ ਹੋ ਸਕੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ।